ਟ੍ਰੇਨ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ 4 ਯਾਤਰੀਆਂ ਦੀ ਮੌਤ ਹੋ ਗਈ ਹੈ। ਤਸਵੀਰਾਂ ਬਿਆਨ ਕਰ ਰਹੀਆਂ ਨੇ, ਦੱਸਦੀ ਹੈ ਕਿ ਡਿਬਰੂਗੜ੍ਹ ਐਕਸਪ੍ਰੈਸ ਡੀਰੇਲ ਹੋਈ ਹੈ। ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਸੀ ਇਹ ਟ੍ਰੇਨ ਅਤੇ ਯੂਪੀ ਦੇ ਗੌਂਡਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ 6 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਹਾਲਾਂਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ, ਕਈ ਯਾਤਰੀ ਜ਼ਖਮੀ ਹੋਏ ਨੇ। ਦੇਰ ਰਾਤ 11:49 ਦੇ ਕਰੀਬ ਚੰਡੀਗੜ੍ਹ ਤੋਂ ਇਹ ਟ੍ਰੇਨ ਡਿਬਰੂਗੜ੍ਹ ਦੇ ਲਈ ਨਿਕਲੀ ਸੀ। ਅੱਜ ਦੁਪਹਿਰ 2:37 ਤੇ ਇਹ ਹਾਦਸਾ ਵਾਪਰਿਆ। ਜਿਉਂ ਹੀ ਇਹ ਗੱਡੀ ਡੀਰੇਲ ਹੋਈ ਤਾਂ ਯਾਤਰੀਆਂ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ। ਟ੍ਰੇਨ ਦੇ ਜਿਹੜੇ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉਤਰ ਗਏ ਨੇ, ਪਲਟ ਗਈ ਹੈ ਇਹ ਟ੍ਰੇਨ। ਕਰੀਬ 6 ਕੋਚ ਜਿਹੜੇ ਨੇ ਏਸੀ ਕੋਚ ਉਹ ਪਲਟੇ ਨੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ, ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਡੀਰੇਲ ਹੋਈ ਹੈ। ਯੂਪੀ ਦੇ ਗੌਂਡਾ ਦੇ ਵਿੱਚ ਇਹ ਟ੍ਰੇਨ ਹਾਦਸਾ ਵਾਪਰਿਆ ਹੈ ਅਤੇ ਡਿਬਰੂਗੜ੍ਹ ਐਕਸਪ੍ਰੈਸ ਦੇ ਕਈ ਕੋਚ ਪਟੜੀ ਤੋਂ ਹੇਠਾਂ ਉਤਰ ਗਏ ਨੇ। 2 ਲੋਕਾਂ ਦੀ ਮੌਤ ਹੋ ਗਈ ਹੈ, 20 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ। ਰੇਲਵੇ ਵਿਭਾਗ ਦੇ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਯੂਪੀ ਦੇ ਗੌਂਡਾ ਦੇ ਵਿੱਚ ਰੇਲ ਹਾਦਸਾ ਹੋਇਆ। ਚੰਡੀਗੜ੍ਹ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਰੈਸਕਿਊ ਓਪਰੇਸ਼ਨ ਜਾਰੀ ਹੈ। ਦੱਸਦੀਏ ਕਿ ਚੰਡੀਗੜ੍ਹ ਤੋਂ ਇਹ ਟ੍ਰੇਨ 11:39 'ਤੇ ਚੱਲੀ ਸੀ, ਜਿਸ ਤੋਂ ਬਾਅਦ ਦੁਪਹਿਰ ਵੇਲੇ ਜਦੋਂ ਯੂਪੀ ਦੇ ਗੌਂਡਾ ਪਹੁੰਚਦੀ ਹੈ, ਗੌਂਡਾ ਦੇ ਜਲਾਹੀ ਰੇਲਵੇ ਸਟੇਸ਼ਨ ਕੋਲ ਪਹੁੰਚਦੀ ਹੈ, ਉੱਥੇ ਜਾ ਕੇ ਇਹ ਡੱਬੇ ਜਿਹੜੇ ਨੇ ਇਹ ਪਟੜੀ ਤੋਂ ਹੇਠਾਂ ਉਤਰ ਜਾਂਦੇ ਨੇ। ਮੈਡੀਕਲ ਟੀਮ ਨੂੰ ਬੁਲਾ ਲਿਆ ਗਿਆ, ਡੱਬਿਆਂ ਦੇ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹਾਦਸੇ ਤੋਂ ਬਾਅਦ ਇਸ ਰੂਟ 'ਤੇ ਆਉਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਜਿਹੜੀ ਟ੍ਰੇਨ ਡੀਰੇਲ ਹੋਈ ਹੈ ਇਹਦਾ ਨੰਬਰ 15904 ਹੈ। ਰੇਲਵੇ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਨੇ। ਯਾਤਰੀਆਂ ਦੇ ਮੁਤਾਬਕ ਕਰੀਬ 2:37 'ਤੇ ਹਾਦਸਾ ਵਾਪਰਿਆ। ਚੰਡੀਗੜ੍ਹ ਤੋਂ ਇਹ ਟ੍ਰੇਨ ਚੱਲੀ ਸੀ, ਗੌਂਡਾ ਦੇ ਕਰੀਬ 20 ਕਿਲੋਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਕਈ ਬੋਗੀਆਂ ਜਿਹੜੀਆਂ ਨੇ, ਕਈ ਡੱਬੇ ਜਿਹੜੇ ਨੇ ਉਹ ਪਟੜੀ ਤੋਂ ਹੇਠਾਂ ਉਤਰ ਗਏ ਨੇ, ਪਟੜੀਆਂ ਵੀ ਉੱਖੜ ਗਈਆਂ ਨੇ ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਡੱਬਿਆਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਦੱਸਦੀਏ ਕਿ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਸ ਦੇ ਕਈ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਟ੍ਰੇਨ ਪਲਟ ਗਈ ਹੈ, 2 ਯਾਤਰੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਮੌਤਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ। ਚੰਡੀਗੜ੍ਹ ਤੋਂ 11:39 'ਤੇ ਦੇਰ ਰਾਤ ਇਹ ਟ੍ਰੇਨ ਚੱਲੀ ਸੀ ਅਤੇ ਅੱਜ ਦੁਪਹਿਰੇ 2:37 'ਤੇ ਯੂਪੀ ਦੇ ਗੌਂਡਾ ਨੇੜੇ ਇਹ ਹਾਦਸਾ ਵਾਪਰਿਆ। ਜਿਹੜੀਆਂ ਡਿਬਰੂਗੜ੍ਹ ਐਕਸਪ੍ਰੈਸ ਦੀਆਂ ਬੋਗੀਆਂ ਸੀ, ਡੱਬੇ ਸੀ, ਉਹ ਪਲਟ ਗਏ ਨੇ, ਡੀਰੇਲ ਹੋ ਗਈ ਹੈ। ਇਹ ਤਸਵੀਰਾਂ ਟ੍ਰੇਨ ਹਾਦਸੇ ਦੀਆਂ, ਜਿਸ ਦੇ ਵਿੱਚ 2 ਮੌਤਾਂ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਡਿਬਰੂਗੜ੍ਹ ਐਕਸਪ੍ਰੈਸ ਡੀਰੇਲ ਹੋਈ ਹੈ, ਗੌਂਡਾ ਦੇ ਵਿੱਚ ਟ੍ਰੇਨ ਹਾਦਸਾ ਵਾਪਰਿਆ ਹੈ। ਡਿਬਰੂਗੜ੍ਹ ਐਕਸਪ੍ਰੈਸ ਦੇ ਕਈ ਕੋਚ ਪਟੜੀ ਤੋਂ ਹੇਠਾਂ ਉਤਰੇ ਨੇ, 2 ਲੋਕਾਂ ਦੀ ਮੌਤ ਹੋਈ ਹੈ, ਕਈ ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ। 6 ਡੱਬੇ ਕਰੀਬ ਪਟੜੀ ਤੋਂ ਹੇਠਾਂ ਉਤਰੇ ਨੇ। ਦੱਸਦੀਏ ਕਿ ਡੀਰੇਲ ਹੋਈ ਹੈ ਡਿਬਰੂਗੜ੍ਹ ਐਕਸਪ੍ਰੈਸ। ਚੰਡੀਗੜ੍ਹ ਤੋਂ ਡਿਬਰੂਗੜ੍ਹ ਤੱਕ ਇਹ ਟ੍ਰੇਨ ਜਾਂਦੀ ਹੈ। ਰਾਤ 11:39 'ਤੇ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ, ਦੁਪਹਿਰ 2:37 'ਤੇ ਹਾਦਸਾ ਵਾਪਰਿਆ। ਰੇਲਵੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ। 15904 ਇਸ ਜੋ ਡਿਬਰੂਗੜ੍ਹ ਐਕਸਪ੍ਰੈਸ ਹੈ ਇਸਦਾ ਨੰਬਰ ਹੈ। 11:39 'ਤੇ ਚੰਡੀਗੜ੍ਹ ਤੋਂ ਰਵਾਨਾ ਹੁੰਦੀ ਹੈ, ਦੁਪਹਿਰ ਵੇਲੇ ਗੌਂਡਾ ਪਹੁੰਚਦੀ ਹੈ। ਗੌਂਡਾ ਦੇ ਨੇੜੇ ਜਲਾਈ ਰੇਲਵੇ ਸਟੇਸ਼ਨ ਹੈ ਅਤੇ ਉੱਥੇ ਤੇਜ਼ ਆਵਾਜ਼ ਆਉਣ ਲੱਗ ਜਾਂਦੀ ਹੈ, ਯਾਤਰੀ ਪਰੇਸ਼ਾਨ ਹੋ ਜਾਂਦੇ ਨੇ, ਅਚਾਨਕ ਟ੍ਰੇਨ ਹਿੱਲਣ ਲੱਗਦੀ ਹੈ ਅਤੇ ਟ੍ਰੇਨ ਪਟੜੀ ਤੋਂ ਹੇਠਾਂ ਉਤਰ ਜਾਂਦੀ ਹੈ। ਹਾਲਾਂਕਿ ਕਾਰਨ ਕੀ ਰਿਹਾ, ਕਿਸ ਵਜ੍ਹਾ ਕਰਕੇ ਹਾਦਸਾ ਵਾਪਰਿਆ, ਕਿਵੇਂ ਇਹ ਟ੍ਰੇਨ ਡੀਰੇਲ ਹੋਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਰੇਲਵੇ ਵਿਭਾਗ ਦੇ ਵੱਲੋਂ ਰੈਸਕਿਊ ਓਪਰੇਸ਼ਨ ਚਲਾਇਆ ਜਾ ਰਿਹਾ, ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਨੇ। ਜਿਹੜੀ ਇਸ ਰੂਟ 'ਤੇ ਆਉਣ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ। ਜਲਾਈ ਰੇਲਵੇ ਸਟੇਸ਼ਨ ਦੇ ਕੋਲ ਇਹ ਹਾਦਸਾ ਵਾਪਰਿਆ,
ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਦੋ ਲੋਕਾਂ ਦੀ ਮੌਤ ਹੋ ਗਈ ਹੈ, ਕਈ ਲੋਕ ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਯਾਤਰੀਆਂ ਦੇ ਵਿੱਚ ਜਿਉਂ ਹੀ ਹਾਦਸਾ ਵਾਪਰਿਆ ਚੀਕ ਚਿਹਾੜਾ ਮੱਚ ਗਿਆ, ਲੋਕ ਟ੍ਰੇਨ ਦੇ ਵਿੱਚੋਂ ਛਾਲਾਂ ਮਾਰ ਕੇ ਭੱਜਣ ਲੱਗ ਪਏ। ਸੁਰੱਖਿਆ ਕਰਮੀਆਂ ਅਤੇ ਹੋਰ ਲੋਕਾਂ ਨੇ ਕੁਝ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਯਾਤਰੀਆਂ ਜਿਹੜੇ ਯਾਤਰੀ ਸੀਗੇ ਉਹ ਇਸ ਟ੍ਰੇਨ ਦੇ ਵਿੱਚੋਂ ਆਪਣਾ ਸਮਾਨ ਬਾਹਰ ਲੈ ਕੇ ਜਾਂਦੇ ਵੀ ਦਿਖ ਰਹੇ ਨੇ। ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦੇ ਵੱਲੋਂ ਵੀ ਇਸ ਦੀ ਜਾਂਚ ਦੀ ਗੱਲ ਆਖੀ ਗਈ ਹੈ, ਨੋਟਿਸ ਲਿਆ ਗਿਆ ਅਤੇ ਨਾਲ ਹੀ ਜਾਂਚ ਦੀ ਗੱਲ ਵੀ ਆਖੀ ਜਾ ਰਹੀ ਹੈ। ਯੂਪੀ ਦੇ ਗੋਂਡਾ ਦੇ ਵਿੱਚ ਹਾਦਸਾ ਵਾਪਰਿਆ, ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਹੇਠਾਂ ਉਤਰ ਗਈ ਹੈ, ਕਈ ਡੱਬੇ ਪਟੜੀ ਤੋਂ ਹੇਠਾਂ ਉਤਰੇ ਨੇ ਅਤੇ ਦੋ ਯਾਤਰੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਦੁਪਹਿਰ ਵੇਲੇ ਗੋਂਡਾ ਪਹੁੰਚਦੀ ਹੈ ਤਾਂ ਉੱਥੇ मैं इसी कोच में था। इस मिनट की घटना है, जो प्राइमरी इन्फॉर्मेशन हम लोगों को मिली है उसके हिसाब से 4 से 5 कोच डरेल हुए हैं जो पटरी से उतरे हैं, और राहत बचाव की जो टीमें हैं वो रेलवे की वो साइड पे पहुंच गए हैं, वैन साइड पे पहुंच गई है, जो हमारे डॉक्टर्स हैं वो साइड पे पहुंच गए हैं। हमारी पहली प्रायोरिटी है कि जल्द से जल्द जो है वहाँ राहत के बचाव का कार्य पूरा किया जाए। अभी जैसे ही आगे की सूचना मिलेगी तो आप लोगों को सूचित किया जाएगा। सर, कोई ट्रेनें बाधित हैं अभी इसके लिए? हाँ, इसके लिए कुछ ट्रेनों का डाइवर्जन हम लोग कर रहे हैं, उसकी सूचना थोड़ी देर में दी जाएगी।